ਨਮਸਕਾਰ ਦੋਸਤੋ ਮੈਂ ਕਰਨੋਵਸਿਸ ਲੈ ਕੇ ਹਾਜ਼ਰ ਆ ਖਰੀਆਂ ਖਰੀਆਂ ਕਰੀ ਕਰੀ ਗੱਲ ਕਰਦਾ ਕਿ ਹੁਣ ਜੋ ਪੂਰੇ ਭਾਰਤ ਵਿੱਚ ਮਾਹੌਲ ਬਣਿਆ ਹੋਇਆ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਇਸੇ ਦੇ ਚੱਲਦੇ ਹੋਏ ਪੰਜਾਬ ਤੋਂ ਧਰਮੀ ਫੌਜੀ ਰਜਵੰਤ ਸਿੰਘ ਜੀ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖੰਡੂਰ ਸਾਹਿਬ ਤੋਂ ਟਿਕਟ ਮਿਲਣ ਤੇ ਕੀ ਕੁਝ ਕਿਹਾ ਕਿਸ ਤਰ੍ਹਾਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੀ ਕੀ ਦੇਣ ਹੈ ਕੋਮ ਨੂੰ ਤੇ ਨਾਲ ਹੀ ਸੁਖਪਾਪ ਸਿੰਘ ਖੈਰਾ ਦੀ ਜਿਹੜੀ ਸੋਚ ਹੈ ਉਹਦੇ ਨਾਲ ਉਹ ਸਮਰਥਨ ਦਿੰਦੇ ਹੋਏ ਦਿਖੇ ਸੁਣੋ ਕੀ ਕਹਿ ਰਹੇ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਹੈ ਕੀ ਆ ਉਹਦੀ ਸੋਚ ਕੀ ਆ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਸੋਚ ਅੱਜ ਸਾਨੂੰ ਕੱਲ ਸਾਰਿਆਂ ਨੂੰ ਪਤਾ ਲੱਗ ਗਈ ਕਿ ਉਹਦੀ ਸੋਚ ਕੀ ਹੈ ਪੰਜਾਬ ਪ੍ਰਤੀ ਕਿੰਨਾ ਕੁ ਉਹ ਸਿਹਰਦਾ ਇਹ ਕਿਸੇ ਨੂੰ ਲੁਕਣ ਚਪਨ ਵਾਲੀ ਗੱਲ ਨਹੀਂ ਰਹਿ ਗਈ ਸਭ ਨਾਲ ਵੱਡੀ ਗੱਲ ਤਾਂ ਇਹ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਨੇ 5 6 6 7 ਪਾਰਟੀਆਂ ਜਿਹੜੀਆਂ ਉਹਨਾਂ ਨਾਲ ਗੱਠਜੋੜ ਕਰਕੇ ਤੇ ਪੰਜਾਬ ਦੇ ਵਿੱਚ ਵਧੀਆ ਲੋਕਾਂ ਨੂੰ ਪ੍ਰਬੰਧ ਦੇਣ ਵਾਸਤੇ ਜੋ ਲੋਕਾਂ ਦੀ ਆਵਾਜ਼ ਬਣਨ ਵਾਸਤੇ ਜਿਹੜੇ ਖੜੇ ਜਿਹੜੇ ਮਤਲਬ ਐਮਐਲਏ ਐਮਪੀ ਜਿਹੜੇ ਹਨ ਉਹਨਾਂ ਨੂੰ ਸੀਟਾਂ ਜਿਹੜੀਆਂ ਨੇ ਉਹ ਦਿੱਤੀਆਂ ਬੋਲਨ ਸਮਾਜ ਪਾਰਟੀ ਜਾਂ ਕਾਮਰੇਡ ਠੀਕ ਹੈ ਇਹਦੇ ਵਿੱਚ ਕਈ ਟਕਸਾਲੀ ਭੱਜ ਗਏ ਕਿ ਉਹ ਜੋ ਆਪਣੀ ਈਗੋ ਦੇ ਚੱਕਰ ਦੇ ਵਿੱਚ ਕਿ ਅਸੀਂ ਅਸੀਂ ਜਿਹੜਾ ਇਹ ਜਿਹੜੀਆਂ ਜਿਹੜੀਆਂ ਸੀਟਾਂ ਅਸੀਂ ਕਹਿੰਨੇ ਆ ਉਹੋ ਹੀ ਆਈ ਲੈਣੀ ਆ ਪਰ ਕੱਲ ਸਰਦਾਰ ਸੁਖਪਾਲ ਸਿੰਘ ਖਿਆਰਾ ਨੇ ਜਿਹੜੀ ਆਪਣੀ ਜਿਹੜਾ ਸੋਚ ਸੀ ਉਹਦਾ ਕੀਤਾ ਵੇਖੋ ਜਿਹੜੀ ਖੰਡੂਰ ਸਾਹਿਬ ਤੋਂ ਸੀਟ ਹੈ ਉਹ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਦੇ ਕੇ ਮੇਰੇ ਮੇਰੇ ਖਿਆਲ ਕਿ ਉਹਨਾਂ ਦਾ ਚਿਹਰਾ ਸਾਪ ਨੂੰ ਸਭ ਨੂੰ ਇਦੋਂ ਵੱਧ ਹੋਰ ਕੋਈ ਨਹੀਂ ਪੜ ਸਕਦਾ ਕਿ ਉਹ ਬੀਬੀ ਜਿਨਨੇ ਜਿਹਦੇ ਘਰ ਦੇ ਨੇ ਆਪਣੀ ਜਿਹੜੀ ਐ ਸ਼ਹੀਦੀ ਦੇ ਦਿੱਤੀ ਲੋਕਾਂ ਵਾਸਤੇ ਲੋਕਾਂ ਦੇ ਹੱਕਾਂ ਵਾਸਤੇ ਲੜਦੇ ਕਿ ਇੱਕ ਜਿਹੜਾ ਸੰਘਰਸ਼ ਦਾ ਸਮਾਂ ਲੰਘਿਆ ਸੀ ਉਹਦੇ ਵਿੱਚ ਲੋਕਾਂ ਦੇ ਪੁੱਤਰ ਨਜਾਇਜ਼ ਮਾਰ ਕੇ ਪੁਲਿਸ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਉਹ ਕਿੱਥੇ ਕਿਹੜੇ ਛਮਚਾਲ ਘਾੜ ਦੇ ਵਿੱਚ ਸਾੜ ਦਿੱਤੇ ਕਿੱਥੇ ਗਏ ਉਹ ਉਹਨਾਂ ਦੀਆਂ 25000 ਲਾਸ਼ਾਂ ਦਾ ਸਬੂਤ ਲੱਭਣ ਤੇ ਸਰਦਾਰ ਖਾਲੜਾ ਨੂੰ ਸਮੇਂ ਦੀ ਗਵਰਨਮੈਂਟ ਨੇ ਖਪਾ ਦਿੱਤਾ ਅੱਜ ਤੱਕ ਪਤਾ ਨਹੀਂ ਲੱਗਾ ਫਿਰ ਉਹ ਪੁਲਿਸ ਅਫਸਰ ਨੂੰ ਕਿਸੇ ਹੋਰ ਬੰਦੇ ਨੂੰ ਮਾਰ ਕੇ ਤੇ ਉਹ ਇਹ ਸ਼ੋਅ ਕਰ ਦਿੱਤਾ ਕਿ ਅਜੀਤ ਸਿੰਘ ਜੋ ਹੈ ਸੰਧੂ ਸੀ ਉਹਨੇ ਆਤਮ ਹਤਿਆ ਕਰ ਲਈ ਸਰਦਾਰ ਸ਼ਕਪਾਲ ਸਿੰਘ ਦਾ ਦੂਸਰਾ ਕੈਂਡੀਡੇਟ ਜੋ ਬੈਂਸਾਬ ਉਹ ਰੌਲੋ ਦਿੱਤਾ ਗਿਆ ਸੀ ਫਤੇਗੜ ਸਾਹਿਬ ਤੋਂ ਜੋ ਹੈ ਉਹ ਮਨਜਿੰਦਰ ਸਿੰਘ ਗਿਆਸਪੁਰਾ ਜਿਨੇ ਆਪਣੀ ਨੌਕਰੀ ਇਸ ਕਰਕੇ ਛੱਡ ਦਿੱਤੀ ਕਿ ਉਹਦੀ ਉਹਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਕਿ ਦਿੱਲੀ ਦੇ ਵਿਚ ਜਿਹ ਹੁੰਦਿਆ ਦਿੱਲੀ ਦੰਗਿਆਂ ਦੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਹੁੰਦ ਚਿੱਲੜ ਪਿੰਡ ਜਿਹੜਾ ਹੈ ਉਹਦਾ ਸਬੂਤ ਉਸ ਬੰਦੇ ਨੂੰ ਮਿਲਿਆ ਤੇ ਉਹਨੇ ਇਸ ਦੀ ਆਵਾਜ਼ ਉਠਾਈ ਤਾਂ ਕਿਸੇ ਨੇ ਪਹਿਲਾਂ ਦਾ ਸ਼੍ਰੋਮਣੀ ਕਮੇਟੀ ਨੇ ਉਹਦਾ ਸਤਕਾਰ ਕੀਤਾ ਪਰ ਜਦੋਂ ਉਹ ਰਾਸ਼ੀ ਤੌਰ ਤੇ ਨਾ ਵਰਤਿਆ ਗਿਆ ਤਾਂ ਇਹਨਾਂ ਨੇ ਉਹਨੂੰ ਵੀ ਪਾਸੇ ਕਰ ਦਿੱਤਾ ਉਹਦੇ ਦੇ ਵੀ ਕਈ ਇਲਜ਼ਾਮ ਲਾਏ ਮੇਰੀ ਹੁਣ ਆਪ ਸਭ ਨੂੰ ਬੇਨਤੀ ਆ ਕੇ ਪੰਜਾਬ ਪ੍ਰਤੀ ਕਿੰਨਾ ਸਹਿਰਦਾ ਸਰਦਾਰ ਅਕਾਲ ਸਿੰਘ ਖਹਿਰਾ ਉਹਨੇ ਆ ਜਿਹੜੇ ਦੋ ਉਮੀਦਵਾਰ ਐਲਾਨ ਕੀਤੇ ਨੇ ਇਹਨਾਂ ਤੋਂ ਤੁਸੀਂ ਉਹਦੀ ਸੋਚ ਪੜੋ ਕਿ ਉਹਦੀ ਸੋਚ ਕੀ ਹੈ ਕਿਸੇ ਉਸ ਬੰਦੇ ਦੀ ਸਪੋਰਟ ਨਹੀਂ ਕੀਤੀ ਕਿਸੇ ਜਿਹੜਾ ਰਾਜਸੀ ਤੌਰ ਤੇ ਪਹਿਦਾ ਵੀਰਦਾ ਸੀ ਉਹ ਬੰਦੇ ਦਿੱਤੇ ਜਿਹੜੇ ਲੋਕਾਂ ਦੇ ਵਿੱਚ ਆਪਣੀਆਂ ਜਿਨ੍ਹਾਂ ਨੇ ਨੌਕਰੀਆਂ ਛੱਡ ਦਿੱਤੀਆਂ ਜਾਂ ਏਡਾ ਵਾਡਾ ਖਾਲੜਾ ਪਰਿਵਾਰ ਨੇ ਜਿਹੜਾ ਸੰਘਰਸ਼ ਢਾਇਆ ਇਹ ਉਹਨਾਂ ਨੂੰ ਮਾਨ ਸਤਕਾਰ ਦਿੰਦਾ ਹੈ ਮੇਰੀ ਅੱਜ ਮੇਰੀ ਸਾਰਿਆਂ ਵੀਰਾਂ ਨੂੰ ਮੈਂ ਧਰਮੀ ਹੋਣ ਪੌਜੀ ਹੋਣ ਕਰਕੇ ਮੇਰੀ ਸਾਰਿਆਂ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਆਪ ਬੀਬੀ ਖਾਲੜਾ ਤੇ ਦੂਸਰੇ ਕੈਂਡੀਡੇਟ ਜਿਹੜੇ ਪੀਡੀਏ ਵੱਲੋਂ ਖੜੇ ਕੀਤੇ ਨੇ ਉਹਨਾਂ ਦੇ ਹੱਕ ਦੇ ਵਿੱਚ ਖਲੋਵੋ ਤਾਂ ਹੀ ਜੇ ਖਲੋਵਾਂਗੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਤੇ ਤਾਂ ਹੀ ਉਹਨਾਂ ਦੇ ਕੋਈ ਅੱਗੇ ਜਿਹੜਾ ਹੈ ਲੋਕਾਂ ਦਾ ਹੌਸਲਾ ਹੋਵੇਗਾ ਕਿਉਂਕਿ ਅਸੀਂ ਹਮੇਸ਼ਾ ਪੰਜਾਬ ਦੇ ਜਿਹੜੇ ਲੋਕ ਆ ਇਹਨਾਂ ਨੇ ਬਾਹਰੋਂ ਆਇਆ ਨਾਲ ਜਫੀਆਂ ਪਾਈਆਂ ਨੇ ਘਰ ਵਾਲਿਆਂ ਨਾਲ ਜਫੀਆਂ ਘਰ ਵਾਲਿਆਂ ਨੂੰ ਦਰਕਾਰ ਆ ਜੇ ਕੇਜਰੀ ਆਲ ਆਇਆ ਬਾਹਰੋਂ ਤੇ ਅਸਾਂ ਕੇਜਰੀ ਆਲ ਕੇਜਰੀ ਆਲ ਕਰ ਲਿਆ ਜੇ ਦਿੱਲੀ ਇਹ ਤੇ ਦਿੱਲੀ ਤੋਂ ਆਇਆ ਬੰਦਾ ਜਿਹੜਾ ਉਹਨੂੰ ਅਸੀਂ ਸਤਿਕਾਰ ਕਰਦੇ ਆ ਪਰ ਅਸੀਂ ਘਰ ਵਾਲਿਆਂ ਨੂੰ ਹਮੇਸ਼ਾ ਦਰਕਾਰ ਦਿੰਨੇ ਆ ਕਿ ਉਹਨਾਂ ਨੂੰ ਜੀ ਇਹ ਇਹ ਜਿਹੜੇ ਨੇ ਪਿਛਟ ਨੇ ਇਹ ਦੂਜਾ ਵੇ ਤੀਜਾ ਵੇ ਬਾਹਰੋਂ ਕੇ ਇਹਦੋਂ ਚੰਗੇ ਤੇ ਨਹੀਂ ਨਾ ਆ ਜਾਣੇ ਸਾਡੇ ਤੇ ਸਾਡੇ ਲੀਡਰਾਂ ਤੋਂ ਚੰਗੇ ਉਹਨਾਂ ਨੂੰ ਪੰਜਾਬ ਦਾ ਕਿਸੇ ਨੂੰ ਕੋਈ ਦਰਦ ਦੁੱਖ ਨਹੀਂ ਹੋਣਾ ਕਿਸੇ ਨੂੰ ਕਿਉਂਕਿ ਪੰਜਾਬ ਦਾ ਦਰਦ ਉਹਨੂੰ ਹੋਣਾ ਹੈ ਜਿਹਨ ਜਿਹਨੇ ਵੇਖਿਆ ਹੁਣ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਕੋਈ ਬੰਦਾ ਗੱਲ ਨਹੀਂ ਕਰਦਾ ਕੋਈ ਪਾਰਟੀ ਨਹੀਂ ਗੱਲ ਕਰਦੀ ਜੇ ਦਿੱਲੀ ਕੇਜਰੀਵਾਲ ਆਉਂਦਾ ਤੇ ਉਹ ਦਿੱਲੀ ਦਾ ਜਿਹੜਾ ਆ ਵੀ ਉਹ ਦਿੱਲੀ ਵਾਸਤੇ ਚੁੱਪ ਕਰ ਜਾਂਦਾ ਹਰਿਆਣੇ ਦਾ ਆਉਂਦਾ ਕੋਈ ਤੇ ਹਰਿਆਣੇ ਵਾਸਤੇ ਚੁੱਪ ਕਰ ਜਾਂਦਾ ਹਰ ਕੋਈ ਕਹਿੰਦਾ ਜੀ ਸੁਪਰੀਮ ਕੋਰਟ ਜੋ ਫੈਸਲਾ ਕਰੇਗਾ ਸਾਡੇ ਨਾਲ ਹਮੇਸ਼ਾ ਜਿਹੜਾ ਫੈਸਲ ਕੋਈ ਵੀ ਧੱਕਾ ਕਿਸੇ ਨੇ ਵੀ ਕੀਤਾ ਉਹ ਸੁਪਰੀਮ ਕੋਰਟ ਨੂੰ ਲਾ ਕੇ ਸੈਂਟਰ ਤੱਕ ਹਰ ਇੱਕ ਆਦਮੀ ਨੇ ਧੱਕਾ ਕੀਤਾ ਜੇ ਐਡਾ ਸੁਪਰੀਮ ਕੋਰਟ ਚੰਗਾ ਹੁੰਦਾ ਤੇ ਸਾਨੂੰ 84 ਦੇ ਦੰਗਿਆਂ ਦਾ ਜਾਂ ਅਦਾਲਤਾਂ ਇੰਦੀਆਂ ਚੰਗੀਆਂ ਹੁੰਦੀਆਂ ਤੇ 84 ਦੇ ਦੰਗਿਆਂ ਦਾ ਨਿਆਂ ਨਾ ਮਿਲ ਜਾਂਦਾ ਹੁਣ ਨੂੰ ਧਰਮੀ ਫੌਜੀਆ ਦੇ ਘਰ ਜਿਹੜੇ ਹਨ ਉਹਨਾਂ ਵਿਚਾਰਿਆਂ ਦੇ ਕਈ ਇਹੋ ਜਿਹੇ ਹਨ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਉਸ ਤੋਂ ਬਾਅਦ ਚੁੱਲਾ ਬਲਣਾ ਬੰਦ ਹੋ ਗਿਆ ਕਿ ਉਹਨਾਂ ਨੇ ਇਹ ਜਿੱਡੀ ਔਖੀ ਜ਼ਿੰਦਗੀ ਗੁਜ਼ਾਰੀ ਉਹਨਾਂ ਦੇ ਚੰਗੀਆਂ ਭਲੀਆਂ ਨੌਕਰੀਆਂ ਕਰਦੇ ਹਨ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਇੰਨੇ ਜਾਦਾ ਵਿਚਾਰੇ ਅਵਾਜ਼ਾਰ ਹੋਏ ਇਲਾਜਾਂ ਤੋਂ ਬੈਠੇ ਰਹੇ ਬੱਚਿਆਂ ਦੇ ਆਨੰਦ ਕਰਨ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਬਣੀ ਮੇਰੀ ਵੀਰੋ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਕਿ ਜੇ ਸਾਡੇ ਚਾਚੇ ਦਾ ਘਰ ਬੜਾ ਵਧੀਆ ਹੈ ਨਾ ਤੇ ਸਾਨੂੰ ਉਹਦੇ ਨਾਲ ਕੋਈ ਭਾ ਨਹੀਂ ਠੀਕ ਆ ਕੇਜਰੀਵਾਲ ਜਾਂ ਕੋਈ ਦੂਜੇ ਜਿਹੜੇ ਨੇ ਉਹ ਦਿੱਲੀ ਵਾਸਤੇ ਬੜੇ ਚੰਗੇ ਹੋ ਸਕਦੇ ਨੇ ਜਿਹੜੇ ਦੂਸਰੇ ਵੀ ਕਈ ਮੇਰੇ ਵੀਰ ਨੇ ਜਿਹੜੇ ਉਹ ਕਹ ਦੂਜਿਆਂ ਦਾ ਘੜੀ ਮੂਰੀ ਫਲਾਣਾ ਚ ਬੜਾ ਚੰਗਾ ਦਿਲ ਕੇਜਰੀਵਾਲ ਚੰਗਾ ਹੋ ਸਕਦਾ ਮੈਂ ਲਿਆ ਮੈਂ ਕਿਸੇ ਨੂੰ ਨਹੀਂ ਮਾੜਾ ਕਹਿੰਦਾ ਚੰਗਾ ਹੋ ਸਕਦਾ ਉਹ ਦਿੱਲੀ ਵਾਸਤੇ ਬੜਾ ਚੰਗਾ ਹੋ ਸਕਦਾ ਪਰ ਪੰਜਾਬ ਨੂੰ ਦੇ ਹਿੱਤਾਂ ਵਾਸਤੇ ਕਿਸੇ ਨੇ ਨਹੀਂ ਖਲੋਨਾ ਉਹ ਪੰਜਾਬ ਅਕਾਲੀ ਦਲ ਪਹਿਲਾਂ ਖਲੋਂਦਾ ਸੀ ਅਕਾਲੀ ਦਲ ਇੱਕ ਉਹ ਪਾਰਟੀ ਸੀ ਕਿ ਜਿਨੇ ਪੰਥ ਦੇ ਪੰਜਾਬ ਦੇ ਹਿੱਤਾਂ ਵਾਸਤੇ ਬੜੀਆਂ ਬੜੀਆਂ ਕੁਰਬਾਨੀਆਂ ਕੀਤੀਆਂ ਪਰ ਅੱਜ ਅਕਾਲੀ ਦਲ ਇੱਕ ਪਰਿਵਾਰ ਦਾ ਹੋ ਕੇ ਰਹਿ ਗਿਆ ਬਾਦਲ ਪਰਿਵਾਰ ਦਾ ਉਹਦੇ ਦੇ ਕਬਜ਼ਾ ਜੋ ਸੈਂਟਰ ਗਵਰਨਮੈਂਟ ਕਹਿੰਦੀ ਹੈ ਤੁਹਾਨੂੰ ਉਹੋ ਹੀ ਬਾਦਲ ਪਰਿਵਾਰ ਕਰਦਾ ਇਹਦੇ ਵਿੱਚ ਕੋਈ ਤੁਹਾਨੂੰ ਕਿਸੇ ਨੂੰ ਵੀ ਇਸ ਗੱਲ ਦੀ ਲੋਕਾ ਸ਼ਿਭਾ ਨਹੀਂਗੀ ਤੇ ਮੇਰੀ ਇੱਕ ਧਰਮੀ ਫੌਜੀ ਹੋਣ ਕਰਕੇ ਮੇਰੀ ਸਾਰਿਆਂ ਭੈਣ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਆਪ ਸਰਪਾਲ ਸਿੰਘ ਖਹਿਰਾ ਦੀ ਸੋਚ ਨੂੰ ਵੇਖੋ ਕਿ ਉਹਦੀ ਸੋਚ ਕੀ ਸੀ ਤੇ ਜਿਹੜੇ ਪੀਡੀਏ ਤੋਂ ਉਮੀਦਵਾਰ ਖੜੇ ਕੀਤੇ ਨੇ ਉਹਨਾਂ ਦਾ ਸਪੋਰਟ ਕਰੋ ਕੱਲ ਇੱਕ ਫੈਡਰੇਸ਼ਨ ਦੇ ਸਾਡੇ ਸਮੇਂ ਦੇ ਨਾਲ ਮੈਂ ਬੜਾ ਲੰਬਾ ਸਮਾਂ ਫੈਡਰੇਸ਼ਨ ਦੇ ਨਾਲ ਰਿਹਾ ਕਰਨੈਲ ਸਿੰਘ ਪੀਰ ਮੁਹੰਮਦ ਨੇ ਉਹਨਾਂ ਨੇ ਇੱਕ ਪੋਸਟ ਪਾਈ ਸੀ ਕਿ ਕੀ ਸਾਨੂੰ ਅਨੰਤਪੁਰ ਸਾਹਿਬ ਸੀਟ ਛੱਡ ਕੇ ਤੇ ਸਮਝੌਤਾ ਕਰ ਲੈਣਾ ਚਾਹੀਦਾ ਮੈਂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਵੀ ਇੱਕ ਪੋਸਟ ਲਾ ਦਿੱਤੀ ਤੇ ਉਹਦਾ ਕਮੈਂਟ ਕੀਤਾ ਸੀ ਕਿ ਸਾਨੂੰ ਹੁਣ ਤਾਂ ਜਿਹੜੇ ਸੀਟਾਂ ਵਿੱਚੋਂ ਵੰਡੀਆਂ ਗਈਆਂ ਚਲੋ ਜੇ ਉਹ ਸਪੋਰਟ ਦੇ ਆਉਂਦੇ ਨੇ ਤੇ ਮੇਰੇ ਮੇਰੀ ਸੋਚ ਦੇ ਮਤਲਬ ਕਿ ਜਿਹੜੇ ਸਾਡੇ ਖੈਰਾ ਸਾਹਿਬ ਦੀ ਸੋਚ ਦੇ ਨਾਲ ਇੱਕ ਬੀਬੀ ਖਾਲੜਾ ਵੇ ਫਤੇਗੜ ਸਾਹਿਬ ਤੋਂ ਮਨਜਿੰਦਰ ਸਿੰਘ ਗਿਆਸਪੁਰਾ ਜਾਂ ਹੋਰ ਚੰਗੇ ਉਮੀਦਵਾਰ ਜਿਹੜੇ ਐਲਾਨੇ ਗਏ ਨੇ ਉਹਨਾਂ ਦੀ ਜਿਹੜੇ ਟਕਸਾਲੀਆਂ ਨੂੰ ਬਾਹਰ ਰਹਿ ਕੇ ਕਿਸੇ ਲਾਲਚ ਤੋਂ ਬਿਨਾ ਸਪੋਰਟ ਕਰਨ ਤੇ ਇਹਨਾਂ ਦਾ ਵजूद ਰਹਿ ਜਾਏਗਾ ਇਹ ਆਖਣਗੇ ਅਸੀਂ ਸਿੱਧੀ ਸਪੋਰਟ ਹੀ ਕਰਨੇ ਆ ਕਿਉਂਕਿ ਅਸੀਂ ਅਸੀਂ ਬਾਹਰ ਰਹਿ ਕੇ ਅਸੀਂ ਇਹਨਾਂ ਉਮੀਦਵਾਰਾਂ ਦੀ ਸਪੋਰਟ ਕਰਨੇ ਆ ਇਸ ਕਰਕੇ ਮੇਰੀ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਏ ਕਿ ਆਪ ਸਭ ਜਿਹੜੇ ਹੋ ਇਸ ਚੀਜ਼ ਦੇ ਇੱਕ ਨਿਊਟਰਲ ਹੋ ਕੇ ਸੋਚਿਓ ਜੇ ਕਿ ਸਰਦਾਰ ਖੈਰਾ ਦੀ ਸੋਚ ਕੀ ਸੀ ਐਦਾਂ ਭੰਡੀ ਜਾਣਾ ਕਿਸੇ ਨੂੰ ਜੀ ਉਹ ਫਲਾਣੀ ਜਗ੍ਹਾ ਨਹੀਂ ਜਾਂਦਾ ਕਈ ਮੇਰੇ ਵੀਰ ਨਾਲ ਰੋਜ ਬਣਨਾ ਜੀ ਸਰਦਾਰ ਸ਼ਕਪਾਲ ਸਿੰਘ ਖੈਰਾ ਪਲਾਸ ਤੋਂ ਭੱਜ ਗਿਆ ਪਲਾਸ ਮੈਂ ਤੇ ਇਸ ਗੱਲ ਦੇ ਲੋਕਾਂ ਦੇ ਉੱਤੇ ਨਾ ਹਾਸਾ ਹੁੰਦਾ ਹੈ ਕਿ ਪਲਾਸ ਤੋਂ ਸਰਦਾਰ ਸ਼ਕਪਾਲ ਸਿੰਘ ਖੈਰਾ ਦਾ ਦਿਲ ਹੈ ਜਾਨ ਹੈ ਪਲਾਸ ਦੇ ਲੋਕ ਖੈਰਾ ਇੱਕ ਆਵਾਜ਼ ਦਵੇ ਨਾ ਤੇ ਇੱਕ ਵਾਰੀ ਮੈਸੇਜ ਟੁੱਟ ਜਾਂਦਾ ਫੋਨ ਦੇਤੇ ਤੇ ਉਹ ਨੂੰ ਫੋਨ ਕਰਨ ਦੀ ਲੋਕ ਨਹੀਂ ਹਜ਼ਾਰਾਂ ਦੇ حساب ਦੇ ਲੋਕ ਜਿਹੜੇ ਨੇ ਖੈਰਾ ਸਾਹਿਬ ਦੇ ਕੋਲ ਪਹੁੰਚ ਜਾਂਦੇ ਨੇ ਨਾ ਖੈਰਾ ਸਾਹਿਬ ਭਲਾਤ ਨੂੰ ਛੱਡ ਸਕਦੇ ਨੇ ਤੇ ਨਾ ਭਲਾਤ ਸਰਦਾਰ ਖੈਰਾ ਨੂੰ ਛੱਡ ਸਕਦਾ ਕਿਉਂਕਿ ਉਹ ਸਰਦਾਰ ਸੁਖਜਿੰਦਰ ਸਿੰਘ ਦੇ ਨਾਲ ਸੁਖਜਿੰਦਰ ਸਿੰਘ ਦੀ ਸੋਚ ਦੇ ਨਾਲ ਜੁੜੇ ਲੋਕ ਨੇ ਭਲਾਤ ਦੇ ਉਹ ਤੋਂ ਬਾਅਦ ਜੋ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੇ ਨੇ ਮੇਰੀ ਇਕੋਈ ਵਾਰਿਆ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਔਰ ਆਪਣੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਨੇ ਉਹਨਾਂ ਨੂੰ ਬੇਨਤੀਆਂ ਕਰੋ ਕਿ ਜਰੂਰ ਇਹਨਾਂ ਦੀ ਸਪੋਰਟ ਕਰੋ ਤੇ ਆ ਜਿਹੜੇ ਪੰਥਕ ਉਮੀਦਵਾਰ ਦੋ ਐਲਾਨੇ ਗਏ ਨੇ ਬੀਬੀ ਖਾਲੜਾ ਤੇ ਗਿਆਸਪੁਰਾ ਇਹਨਾਂ ਦੇ ਵਿੱਚ ਇਹਨਾਂ ਦੀ ਹੱਦ ਤੋਂ ਵੱਧ ਸਪੋਰਟ ਕਰੋ ਮਾਇਕ ਤੌਰ ਤੇ ਵੀ ਕਰੋ ਕਿਉਂਕਿ ਇਹ ਕੋਈ ਇਹ ਕੋਈ ਰਾਜਸੀ ਨਾ ਬੰਦੇ ਸਨ ਨਾ ਇਹਨਾਂ ਕੋਈ ਜ਼ਿਆਦਾ ਕੋਈ ਕੋਲ ਪੈਸਾ ਹੈ ਇਹਨਾਂ ਦੇ ਨਾਲ ਸਭ ਆਪਣੇ ਕੋਲੋਂ ਇਹਨਾਂ ਦੀ ਸਪੋਰਟ ਕਰਕੇ ਤੇ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰਕੇ ਤੇ ਇਹਨਾਂ ਨੂੰ ਜਿਤਾਓ ਸੋ ਰਜਵੰਤ ਸਿੰਘ ਜੀ ਨੇ ਸਮਰਥਨ ਕੀਤਾ ਸਮਰਥਨ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਦੀ ਜੋ ਦੇਣ ਹੈ ਉਹਦੇ ਨਾਲ ਜਾਣੂ ਕਰਵਾਇਆ ਤੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਦੀ ਸੋਚ ਨੂੰ ਵੀ ਉਹਨਾਂ ਨੇ ਸੈਲੂਟ ਕੀਤਾ ਤੇ ਇਸੇ ਸਾਰੇ ਦੇ ਚੱਲਦੇ ਹੋਏ ਅਕਾਲੀ ਦਲ ਟਕਸਾਲੀ ਦੇ ਜਿਹੜੇ ਆਗੂ ਉਹਨਾਂ ਉੱਪਰ ਵੀ ਬਰੇ ਉਹਨਾਂ ਨੇ ਕਿਹਾ ਕਿ ਉਹ ਮਨਚਾਹੀਆਂ ਸੀਟਾਂ ਚਾਹੁੰਦੇ ਸਨ ਜੋ ਕੁਝ ਵੀ ਉਹ ਚਾਹੁੰਦੇ ਸਨ ਉਹ ਨਾ ਮਿਲਿਆ ਤੇ ਹੁਣ ਉਹਨਾਂ ਦੇ ਸੁਖਪਾਲ ਸਿੰਘ ਖੈਰਾ ਨੇ ਜੋ ਕੁਝ ਵੀ ਕੀਤਾ ਬੀਬੀ ਜੀ ਨੂੰ ਟਿਕਟ ਦਿੱਤੀ ਇਹਦੇ ਉੱਪਰ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਤੇ ਲੋਕਾਂ ਨੂੰ ਹਾਲਾਂਕਿ ਇਹ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਇਹ ਜੋ ਇਹਨਾਂ ਦਾ ਸਮਰਥਨ ਕੀਤਾ ਜਾਵੇ ਸੋ ਤੁਸੀਂ ਕਿੰਨੇ ਸਹਿਮਤ ਹੋ ਇਹਨਾਂ ਦੀ ਗੱਲਾਂ ਨਾਲ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਇਸੇ ਤਰ੍ਹਾਂ ਦੇਖਦੇ ਰਹੋ ਖਰੀਆ ਖਰੀਆ ਤੇ ਦੇਖਦੇ ਰਹਿਣਾ ਏਵਰ ਪੰਜਾਬੀ ਨਿਰਦਾਰ ਨਿਰਪੱਖ ਤੇ ਨਵੀਂ ਸੋਚ for new updates please subscribe a1 news and click the bell icon